देखो तुसी भी बहुत सारिया वोटा देखिया असैम्बलिया भी देखी पार्लीमेंट भी देखी है, लेकिन जदों कोई भी सरकार जिन्हों घट्टो घट साल भी होया हों ते इत्थे तां सिर्फ अजे 3 महीने होए है, 3 महीने होए हुण सरकार दे ते उत्थे लोकां च इन्ना उत्साह हुंदा है कि बाहर तक भी लैणा लगियां हुंदियां। अज इस सीट दे उपर जिहड़ी मठी रफ्तार है, क्योंकि रूलिंग पार्टी दे नाल जदों लोक हुंदे है ना तां उत्साह बहुत है, खड़े बहुत हुंदे है, बहुत आउंदे है, बहुत वड्डी परसेंटेज वोट पोल हो रही है। लेकिन इत्थों एक नज़र आ गया कि रूलिंग पार्टी तों लोक ना खुश ने, इस करके कोई उन्होंने अपनी चौंफ नहीं दिखाया, कोई अपनी सरगर्मी नहीं दिखाई। तो ठीक है, जिवें साडियां पार्टियां जिन्हां साडे बज्जे सारे पक्के वर्कर ने साडे अपने आ रहे है, खड़े है पोलिंगां ते पा रहे ने, पर रूलिंग पार्टी दा हाल देखण च पोलिंगां ते भी देखिया मैं एक अद्धी थां नूं छड्ड के सब दे थां तों माड़ा हाल है। इन्नी छेती कोई मैं शाख डिगदी देखी नहीं, मे भी शायद होर कारण भी होने ने। सब तो पहला तो आपां लॉ एंड आर्डर दा ही देखदे हैगे आ, अज हर एक जो दुकान तो भी निकल के जाता राह बदल के जाता है कि पता नहीं घरे पहुँचन तकर की हैगा, सिचुएशन यह जी है, कंट्रोल च लगती नहीं सरकार जिहड़ी हैगी है अपनी एडमिनिस्ट्रेशन सरकार दे कंट्रोल च। नंबर दो ये लगता है शायद लोग फील करन लग गए है भी जदों दे आए ने तकरीबन सारा कुछ ये चुप करके बैठे है, इन्होंने कोई बड़े इशू नहीं बनाए, ये निक्कियां गल्लां दी पब्लिसिटियां च पए है, जिहड़ी पब्लिसिटी ते मेरे ख्याल 40-45 करोड़ रुपया ਵਿੱਚ ਹੀ ਤੁਹਾਡਾ ਆਈਡੀਆ ਆ ਗਿਆ, ਕੈਮਰੇ ਵਾਲੇ ਸਾਰੇ ਇਕੱਲੇ ਤੁਸੀਂ ਨਹੀਂ, ਮੈਂ ਕਹਿੰਦੀ ਜਿੱਦਾਂ ਵੀ ਹੈਗਾ ਇਲੈਕਟ੍ਰੋਨਿਕਸ ਮੀਡੀਆ ਉਹ ਵੀ ਆ ਗਿਆ ਅਤੇ ਪ੍ਰਿੰਟ ਵੀ ਆ ਗਿਆ। ਚੌਥਾ ਥੰਮ ਹਲਾਤਾ ਇਸ ਪਾਰਟੀ ਨੇ ਆਪਦੀਆਂ ਫੋਕੀਆਂ ਗੱਲਾਂ ਦੀ ਪਬਲਿਸਿਟੀ ਕਰਾਉਣ ਲਈ ਉਹ ਤੋਂ ਉਹ ਖੋਲਿਆ, ਉਹ ਤੋਂ ਜ਼ਮੀਨ ਖੋਲੀ, ਉਹ ਤੋਂ ਫਲਾਨਾ ਖੋਲਿਆ, ਉਹ ਤੋਂ ਹਥਿਆਰ ਖੋਲਿਆ, ਉਹਦੇ ਰਿਪਰਕਸ਼ਨਸ ਕੀ ਹੋਏ ਆ ਹਥਿਆਰ ਖੋਲ ਕੇ ਦੱਸੇ ਦੇ ਸਾਹਮਣੇ ਆ ਗਏ ਆ। ਲੇਕਿਨ ਲੋਕ ਕਹਿੰਦੇ ਆ ਵੀ ਥੋਥੋਂ ਤਾਂ ਚੰਡੀਗੜ੍ਹ ਵੀ ਖੋਲਿਆ, ਉੱਥੇ ਐਡਮਿਨਿਸਟ੍ਰੇਸ਼ਨ ਜਿਹੜੀ ਹੈਗੀ ਆ ਆਪਣੀ 60-40 ਦੀ ਰੇਸ਼ੋ ਹੁੰਦੀ, ਅਤੇ ਉੱਥੇ ਹੁਣ ਅੱਜ ਉਹ ਜਿਹੜੀ ਖੋ ਕੇ ਉੱਥੇ ਤੁਹਾਡੇ ਆਪਣੀ 40-60 ਦੀ ਰੇਸ਼ੋ ਉਹ ਗਵਾਤੀ। ਤੁਹਾਡੀ ਪੰਜਾਬੀ ਯੂਨੀਵਰਸਿਟੀ ਜਿਹੜਾ ਸਾਰਾ ਚੰਡੀਗੜ੍ਹ ਪੰਜਾਬ ਦੇ ਪਿੰਡਾਂ 'ਤੇ ਵਸਿਆ ਹੈ, ਤੁਹਾਡੀ ਯੂਨੀਵਰਸਿਟੀ ਉੱਥੇ ਜਾ ਕੇ ਕਬਜ਼ਾ ਕਰ ਲਿਆ, ਉਹਨਾਂ ਨੇ ਪੰਜਾਬ ਦੀ ਚੰਡੀਗੜ੍ਹ ਜਿਹੜੀ ਬੈਠੀ ਹੈਗੀ ਹੈ ਉੱਥੇ ਕਰ ਲਿਆ, ਤੁਸੀਂ ਤੁਹਾਡੀ ਪੰਜਾਬ ਦੀ ਪੁਲਿਸ ਨੇ ਛੱਲੀਆਂ ਮੂੰਹ ਕੁੱਟ 'ਤੇ ਮੁੰਡੇ ਅਤੇ ਕੁੜੀਆਂ, ਤੁਹਾਡੀ ਸਰਕਾਰ ਦਾ ਉੱਥੇ ਜਾਣਾ ਤਾਂ ਕੀ ਸੀ, ਸਗੋਂ ਡੰਗਾਂ ਵਾਲੇ ਭੇਜੇ ਤੁਸੀਂ ਉੱਥੇ। ਇੱਥੋਂ ਤੱਕ ਕਿ ਜਿਹੜੀ ਪੰਜਾਬ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਹੈ ਉੱਥੇ ਵੀ ਸਾਡੀ ਲੈਂਗੁਏਜ ਦੇ ਰਾਹੀਂ ਅਟੈਕ, ਕਈ ਸਬਜੈਕਟ ਮਿਸ ਕਰਤੇ, ਕਈ ਹੋਰ ਕਰਤੇ, ਕੌਣ ਹੈ ਉੱਥੇ, ਕਿਵੇਂ ਹੈ ਉੱਥੇ, ਕਿਸੇ ਉੱਥੇ ਮੈਂ ਕਿੰਤੂ ਪ੍ਰੰਤੂ ਨਹੀਂ ਕਰਦੀ, ਸਭ ਨੂੰ ਪਤਾ ਹੈ ਯੂਨੀਵਰਸਿਟੀ ਕਿਸ ਜਿਹੜੀ ਉੱਥੇ ਬਾੜੀ ਹੋਈ ਹੈ। ਭਾਖੜਾ ਡੈਮ ਤੋਂ ਸਾਡਾ ਕਬਜ਼ਾ ਖਤਮ ਕਰਤਾ, ਮੈਨੇਜਮੈਂਟ ਉਹਨਾਂ ਦੀ ਬਣਾਤੀ, ਉਹਨੇ ਪਾਣੀ ਵੀ ਲੈ ਜਾਣਗੇ। ਆਹ ਜਿਹੜੀ BSF ਭੇਜਤੀ ਪੰਜਾਬ 'ਚ 50-50 ਕਿਲੋਮੀਟਰ ਦੇ ਹਿਸਾਬ ਨਾਲ 25% ਬਚਿਆ ਆਪਣੇ ਕੋਲ, ਅਤੇ ਜ਼ਮੀਨ ਵੀ ਸਾਡੀ ਅਤੇ ਕਬਜ਼ਾ ਵੀ ਸਾਡਾ। ਇਹ ਖਤਰੇ ਦੀ ਘੰਟੀ ਹੈ, ਜਿਹੜੇ ਲੋਕ ਸਮਝਦੇ ਸੀਗੇ ਕਿ ਤੁਸੀਂ ਕਿਹਾ ਸੀ ਕਿ ਅਸੀਂ 1 ਜੂਨ ਨੂੰ ਪੈਨਸ਼ਨਾਂ ਲਾਵਾਂਗੇ, 1 ਜੂਨ ਤਾਂ ਨਿਕਲਣ ਵਾਲੀ ਹੋ ਗਈ, ਪੈਨਸ਼ਨ ਤਾਂ ਲੱਗੀ ਨਹੀਂ ਹੈਗੀ। ਤੁਸੀਂ ਆ ਹੁਣ ਕੇਜਰੀਵਾਲ ਜੀ 30-31 ਗਰੰਟੀਆਂ ਦਿੰਦੇ ਸੀ, ਜਿਹੜੀਆਂ ਸਾਰੀਆਂ ਦੇ ਵਿੱਚ ਕਹਾਂਗੇ, ਕਹਿੰਦੇ ਸੀ ਕਿ ਆਹ ਦੇਵਾਂਗੇ, ਬਿਜਲੀ ਸਸਤੀ ਕਰਾਂਗੇ, ਫਲਾਨਾ ਸਸਤਾ ਕਰਾਂਗੇ, ਸਿਲੰਡਰ ਸਸਤੇ ਕਰਾਂਗੇ, ਫਲਾਨੇ ਲੋਕਾਂ ਨੂੰ ਐਂ ਹੋਊਗਾ ਆਮ ਜੀਵਨ। ਸਿਰਫ ਮੈਨੂੰ ਇਹ ਦੱਸ, ਜੋ ਤੁਸੀਂ ਵੀ ਦੇਖਦੇ ਹੋ ਕਿ ਫੈਸਲਾ ਸਰਕਾਰ ਦਾ, ਸ਼ਰਾਬ ਤਾਂ ਸਸਤੀ ਜੇ ਤੱਕਰ ਕੀਤੀ ਹੈ, ਬਾਕੀ ਚੀਜ਼ ਅਜੇ ਗਰੀਬਾਂ ਵਾਲੀ ਹੈ ਨਹੀਂ। ਤੁਹਾਡੇ ਚੈਨਲਾਂ ਰਾਹੀਂ ਅਸੀਂ ਦੇਖਦੇ ਹਾਂ ਲੋਕਾਂ ਦੇ ਵਿੱਚ ਕ੍ਰਿਟੀਸਿਜ਼ਮ, ਸਾਡਿਆਂ 'ਚ ਨਹੀਂ, ਸਾਨੂੰ ਤਾਂ ਕਹਿਣਗੇ ਜੀ ਆਪਣਾ ਇਹ ਕਾਂਗਰਸੀ ਨੇ, ਇਹ ਫਲਾਨੇ ਆ, ਇਹ ਧਮਕੇ ਹੈ, ਇਹਨਾਂ ਦੇ ਵਰਕਰ ਡਿਮੋਰਲਾਈਜ਼ ਹੋਏ ਵੇ ਹੈ, ਜਿਹਦਾ ਕਾਰਨ ਹੈ ਕਿ ਆਹ ਫਿੱਕੇ ਪੋਲਿੰਗ ਪਏ ਨੇ ਹਰ ਥਾਵਾਂ 'ਤੇ, ਇਹਨਾਂ ਦਾ ਕੋਈ ਬੰਦਾ ਹੈ ਹੀ ਨਹੀਂ ਗਾ। ਸੋ ਇਸ ਲਈ ਖਤਰੇ ਦੀ ਘੰਟੀ ਹੈਗੀ ਹੈ, ਸਰਕਾਰ 'ਤੇ ਇਹਨਾਂ ਦੇ ਕਾਬੂ 'ਚ ਨਹੀਂ ਹੈ ਬਿਊਰੋਕਰੇਸੀ, ਇਹ ਸਿਰਫ ਉਹਨੂੰ ਫੜਿਆ, ਉਹਨੂੰ ਕਰ ਲਿਆ, ਉਹਨੂੰ ਕਰ, ਉੱਧਰ ਜਾਣ ਦੇ ਲੋਕਾਂ ਦਾ ਕਰਨਾ ਚਾਹੁੰਦੇ ਹੈਗੇ ਨੇ। ਸਭ ਤੋਂ ਵੱਡਾ ਜੇ ਨੁਕਸਾਨ ਹੋਣਾ ਹੈ ਪੰਜਾਬ ਦਾ ਤਾਂ ਇਸ ਅਨਐਕਸਪੀਰੀਅੰਸ ਸਰਕਾਰ ਦੇ ਸਮੇਂ 'ਚ ਪੰਜਾਬ ਦਾ ਨਾਸ਼ ਹੋਣਾ। ਅੱਜ ਇੱਕ ਸਿੱਧੂ ਮੂਸੇਵਾਲਾ ਦਾ ਇੱਕ ਗਾਣਾ ਰਿਲੀਜ਼ ਹੋਣ ਜਾ ਰਿਹਾ SBL ਨੂੰ ਲੈ ਕੇ, ਪੰਜਾਬ ਦਾ ਪਾਣੀ ਪੰਜਾਬ 'ਚ ਹੀ ਰਹਿਣਾ ਚਾਹੀਦਾ ਹੈ, ਕਿਵੇਂ ਦੇਖਦੇ? ਦੇਖੋ ਅਸੀਂ ਸਮਝਦੇ ਹਾਂ ਕਿ ਜੋ ਪੰਜਾਬ ਹੈ, ਪੰਜਾਬ ਦਾ ਹਿੱਸਾ, ਜੇ ਪੰਜਾਬ ਦਾ ਪਾਣੀ ਕਹਿੰਦੇ ਹੋ ਤਾਂ ਪੰਜਾਬ ਦਾ ਪੰਜਾਬ ਕੋਲ ਹੀ ਰਹਿਣਾ ਚਾਹੀਦਾ। ਲੇਕਿਨ ਜਿਹੜੀ ਆ ਹੁਣ ਇਹਨਾਂ ਨੇ ਮੈਨੇਜਮੈਂਟ ਬਦਲੀ ਹੈ, ਗਵਰਨਮੈਂਟ ਆਫ ਇੰਡੀਆ BJP ਦੀ ਸਰਕਾਰ ਹੈ, ਉਹ ਵੀ ਸਾਨੂੰ ਮਾਰਨ 'ਤੇ ਲੱਗੀ ਵੀ ਹੈ। ਉਹਨਾਂ ਨੇ ਵੀ ਸਾਡੀ ਮੈਨੇਜਮੈਂਟ ਦਾ ਸਾਰਾ ਕੰਮ ਉੱਥੋਂ ਲਿਜਾ ਕੇ ਇਹਦੇ ਕੰਟਰੋਲ 'ਚ ਕਰਕੇ ਅੱਜ ਪੰਜਾਬ ਦੀਆਂ ਨਹਿਰਾਂ ਸੁੱਕੀਆਂ ਪਈਆਂ, ਹਰਿਆਣਾ ਅਤੇ ਦਿੱਲੀ ਵਾਲੀਆਂ ਉੱਥੇ ਨਹਿਰਾਂ 'ਚ ਪਾਣੀ ਜਾ ਰਿਹਾ ਹੈ। ਸੋ ਇਸ ਕਰਕੇ ਜਿਹੜੀ ਤੁਸੀਂ ਕਹਿ ਰਹੇ ਹੈਗੇ ਹੋ ਇਹ ਹੋਇਆ, ਚਾਹੇ ਆਹ ਤੁਹਾਡੇ ਜਿਹੜੇ ਫੌਜ ਦੇ ਵਿੱਚ ਜਿਹੜੇ ਕੀਤੇ ਆ ਉਹਨਾਂ ਨੂੰ ਅਗਨੀਪਥ ਕਹਿ ਰਹੇ ਹੈਗੇ ਹੋ, ਕਿੰਨੀ ਸੰਘ ਵਾਲੀ ਗੱਲ ਹੈਗੀ ਹੈ ਕਿ ਤੁਸੀਂ ਕਹਿੰਦੇ ਹੋ ਅਸੀਂ ਸੇਵਿੰਗ ਕਰਨੀ ਹੈ, ਅਸੀਂ ਸਿਰਫ 4 ਸਾਲ ਲਈ ਰੱਖਣੇ ਹੈ, ਤੁਸੀਂ ਐਡਾ ਡੇਂਜਰਸ ਸਟੈਪ ਹੈ ਇਹ
गवर्नमेंट ऑफ इंडिया का क्यों नहीं पंजाब वाली चिट्ठिया क्यों पेंदे है, क्यों नहीं जाके उत्थे मत्था लाउंदे आके। तुसीं उह अगली पथ दे जरिए सिर्फ चार साल ट्रेनिंग तो सरकार के खर्चे तो हो जाए सब कुछ हो जूगा, मुड़ के प्राइवेट कंपनियां लैणगियां, ट्रेनड बंदे असी दे देंगे जी। आप समझते हैं कि असं दुश्मन मुल्कों के घरे पे बॉर्डर स्टेट है कि वो साढ़े लिए खतरा नहीं हो सकता, चार साल तो बाद चलिया गया बंदा कोई जिते मर्जी जाए जिते मर्जी काम करे आके। सो इस कारण करके सिद्धू मूसेवाला थोड़े कांग्रेस पार्टी नहीं, मैं देखो गाना नहीं सुनिया, लेकिन असं मैं यही कहनी हाँ ना जी चीज़ जो आई नहीं ग्राउंड तो कमेंट कमेंट जो भी है वो अपने विचार के मुताबिक है, असं भी समझते हैं कि साडा जिवें साडे कोल जे वाधू पानी है तो दे दो, सानूं कोई इतराज़ नहीं। जे एस बी आई एल दे विच सरप्लस पानी है वह पानी जे किसी नूं जांदा तां वग जाण, मैं तां कहिंदा हुण इह पंजाब सरकार वाले जिहड़ा पाकिस्तान नूं वाधू जांदा उह वी रोकण। जे साडे समें च सानूं बंदे कहे तुसीं नहीं रोकिया, जे असीं नूं रोकिया तां सानूं लोकां नूं डंडी पाता कैप्टन साहब नूं, ते इवें जिवें जिहड़ा राजस्थान जांदा सीगा साडा पानी है साडे कोल तां है नहीं, थल्ले चलिया गया। ਸਾਨੂੰ ਪਤਾ ਕਿ ਪਾਣੀ ਸਾਡੇ ਹੱਥ ਕਿੰਨੀਆਂ ਨਹਿਰਾਂ ਬੰਦ ਰਹੀਆਂ, ਕਿੰਨੇ ਚਿਰ ਆਪਣੇ 'ਤੇ ਪਾਣੀ ਪੀਣ ਵਾਲਾ ਨਹੀਂ ਸੀ ਮਿਲਿਆ। ਪਰ ਹੁਣ ਤਾਂ ਇਹ ਕਹਿੰਦੇ ਅਸੀਂ ਆਮ ਲੋਕਾਂ ਸਰਕਾਰ ਆਏ ਹਾਂ, ਕੀ ਕਰਦੀ ਹੈ? ਤਿੰਨ ਮਹੀਨਿਆਂ 'ਚ ਤੁਸੀਂ ਇਹੋ ਜਿਹਾ ਕੁਛ ਤਾਂ ਕਰ ਸਕਦੇ ਹੋ ਜਿਹਦੇ ਨਾਲ ਤੁਸੀਂ ਕਹਿੰਦੇ ਵੀ ਆਹ ਸਸਤੀ ਜਿਹੜੀ ਚੀਜ਼ ਕੀਤੀ ਹੈਗੀ ਹੈ ਜਿਹਦੇ ਕਰਕੇ ਤੁਸੀਂ ਇੰਨਾ ਲਾਅ ਐਂਡ ਆਰਡਰ ਵਿਗਾੜਤਾ, ਆਰਥਿਕਤਾ ਤੁਸੀਂ ਕਹਿੰਦੇ ਹੋ ਫੌਜੀਆਂ ਦੇ ਹੋਰਾਂ ਦੇ ਸਿਰ 'ਤੇ ਤੁਸੀਂ ਕਿਉਂ ਨਹੀਂ ਰੌਲਾ ਪਾਉਂਦੇ? ਤੁਸੀਂ 3 ਲੱਖ ਕਰੋੜ ਦਾ ਕਰਜ਼ਾ ਜੇ ਪਹਿਲਾਂ ਚੜਿਆ ਵਾ ਸੀ, ਤੁਸੀਂ ਆਹ ਸਾਰੇ ਸਾਢੇ 3 ਮਹੀਨਿਆਂ ਦੇ ਵਿੱਚ ਕਿੰਨਾ ਕਰਜ਼ਾ ਚੜਾਤਾ ਸਾਡੇ 'ਤੇ? 9,000 ਕਰੋੜ ਦਾ ਕਰਜ਼ਾ ਚੜਾਤਾ। ਤੁਸੀਂ ਦੱਸੋ ਕੀਤਾ ਕੀ ਹੈ? ਤੁਸੀਂ ਜਾਂਦੇ ਹੋ ਹਿਮਾਚਲ ਦੇ ਵਿੱਚ, ਤੁਸੀਂ ਜਾਂਦੇ ਹੋ ਗੁਜਰਾਤ ਦੇ ਵਿੱਚ, ਹੈਲੀਕਾਪਟਰ ਜਿਹੜਾ ਪਰ ਆਰ ਘੰਟੇ ਦੇ ਹਿਸਾਬ ਨਾਲ ਪੈਸੇ ਲੈਂਦਾ, ਤੇਲ ਦੇ ਅੱਡ ਲੈਂਦਾ, ਖੜ੍ਹੇ ਦੇ ਅੱਡ ਲੈਂਦਾ, ਏਅਰ ਦੇ ਅੱਡ ਲੈਂਦਾ, ਉਹ ਤੁਸੀਂ ਖਰਚਾ ਕਰ ਰਹੇ ਹੋ ਅਤੇ ਪਬਲਿਸਿਟੀ ਹੋ ਰਹੀ ਹੈ ਕੇਜਰੀਵਾਲ ਜੀ ਦੀ। ਕੇਜਰੀਵਾਲ ਜੀ ਮੁੱਖ ਮੰਤਰੀ ਨੇ, ਉਹ ਆਪਣਾ ਕਰਨ। ਦੇਖੋ ਮੈਨੂੰ ਪੂਰੀ ਆਸ ਹੈ ਕਿ ਇਸ ਕਰਕੇ ਕਾਂਗਰਸ ਸਾਡੀ ਪਹਿਲਾਂ ਵੀ ਮਜ਼ਬੂਤ ਸੀ, ਅੱਜ ਵੀ ਮਜ਼ਬੂਤ ਹੈ, ਲੇਕਿਨ ਇੱਕ ਬਦਲਾਓ ਦੇ ਚੱਕਰ 'ਚ ਪਿਛਲੀ ਵਾਰ ਲੋਕ ਆ ਗਏ ਹੈ, ਉਹ ਬਦਲਾਓ ਤੋਂ ਇੰਨੀ ਛੇਤੀ ਅੱਕ ਗਿਆ। ਸਾਡੀ ਪਾਰਟੀ ਤਕੜੀ ਹੈ, ਸਭ ਕੁਝ ਕੜੀ ਹੈ, ਲੇਕਿਨ ਜਦੋਂ ਵਿਰੋਧੀ ਕਮਜ਼ੋਰ ਹੋ ਜਾਵੇ ਤੁਸੀਂ ਹੋਰ ਵੀ ਤਕੜੇ ਹੋ ਜਾਂਦੇ ਹੋ।